पाकिस्तान में पिछले चंद बरसों में सिर्फ एक चीज के ग्रोथ रेट में सबसे ज्यादा इजाफा हुआ है और वो है भिखारी। भिखारियों की तादाद इस कदर ज्यादा हो चुकी है कि अब तो अहम मनसूबों पर फायज शख्सियात को भी वजाहत देनी पड़ती है कि मैं यहाँ मांगने नहीं आया। घर से निकलते साथ ही दो चीजें आपका पीछा नहीं छोड़ती, एक आपका साया, दूसरे भिखारी। साया तो फिर शाम ढलने के बाद आपका साथ छोड़ जाता है, लेकिन भिखारी इतने वफादार होते हैं कि जब तक आप अपने घर के अंदर दाखिल ना हो जाएं, ये साथ नहीं छोड़ते। वैसे तो हुकूमत ने कई मरतबा मुहिम शुरू किया है, लेकिन हमारा ये ट्रैक रिकॉर्ड है कि जिस चीज़ को रोकने की कोशिश की जाए उसमें हमेशा इजाफा ही होता है। अब ये देखें ना, आबादी आपके सामने एक जिंदा मिसाल है। भिखारियों की तादाद में इजाफा क्यों होता जा रहा है और इनका नेटवर्क किस तरह से काम करता है, आइए बात करते हैं भिखारियों और उनके ठेकेदार से। वेलकम टू मस्तियां। खैर हो जी, बड़ी मेहरबानी मलक साहब, ਤੁਸੀਂ ਸਾਨੂੰ ਆਪਣਾ ਸ਼ੋਅ ਦੇ ਵਿੱਚ ਬੁਲਾਇਆ। ਤੁਹਾਨੂੰ ਕੌਣ ਸੱਦਦਾ ਜੀ? ਐ ਸਾਰੇ ਮੇਰੇ ਜਿੰਨੇ ਕਾਰੀਗਰ ਹੈਗੇ ਨੇ, 3500 ਮੇਰਾ ਕਾਰੀਗਰ ਹੈ। ਕਾਰੀਗਰ ਭੀਖ ਮੰਗਣਾ ਕਾਰੀਗਰੀ ਹੈ? ਅਸਲ ਮਜ਼ਦੂਰ ਤੇ ਹੈ ਨਾ, ਸਪੇਡ ਮਾਰ ਕੇ ਜਨਾਬ। ਜਿੰਨੇ ਮਰਜ਼ੀ ਤੋਪ ਹੋਵੇ ਚੌਂਕ ਦੇ ਵਿੱਚੋਂ ਪਰਾ ਨਹੀਂ ਹੁੰਦਾ, ਜਿੰਨੀ ਮਰਜ਼ੀ ਬਾਰਿਸ਼ ਹੋਵੇ ਠੰਡ ਹੋਵੇ ਚੌਂਕ ਚੋਂ ਪਰਾ ਨਹੀਂ ਹੁੰਦਾ। ਔਰ ਕਿਸੇ ਕੋਲੋਂ ਪੈਸੇ ਕਢਾਣਾ ਕਾਰੀਗਰ ਹੈ ਸਰ? ਮੇਰੇ ਸੇ ਨਹੀਂ ਨਿਕਲਵਾ ਸਕਤੇ ਆਪ? ਕਿਉਂ ਨਹੀਂ ਨਿਕਲਵਾ ਸਕਤੇ? ਮੇਰੇ ਬੰਦੇ ਬੜੇ ਕਾਰੀਗਰ ਨੇ, ਸਪੇਡ ਮਾਰ ਕੇ। ਉਹ ਕੀ ਯਾਰ, ਇੰਜਣ ਖੋਲ ਲੈਂਦੇ ਨੇ ਕਾਰੀਗਰ ਨੇ। ਆਏ ਕਾਰੀਗਰ ਤੇ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਮੇਰੀ ਔਲਾਦ ਨੇ ਮੈਨੂੰ ਬੱਚੇ ਵਾਂਗਰ ਪਿਆਰ ਦੇ ਨੇ। ਆਪਣੀ ਔਲਾਦ ਹੈ ਲੇਕਿਨ ਜਾਇਦਾਦ ਚ ਇਹਨਾਂ ਦਾ ਕੋਈ ਹਿੱਸਾ ਨਹੀਂ। ਕੈਸੀ ਔਲਾਦ ਹੈ ਜਿਨਕੇ ਹੱਥ ਪਾਉਂ ਖੁਦ ਤੋੜ ਕੇ ਚੌਕ ਮੇ ਬਿਠਾ ਦਿੱਤੇ। ਨਹੀਂ ਬੈਠ ਜੀ, 500 ਦਾ ਨੋਟ ਤੇਰੇ ਕੋ ਕਢਾਵਾਂ? ਮੈਂ 1 ਰੁਪਿਆ ਵੀ ਨਹੀਂ ਦੂੰਗੀ ਆਪਕੋ। ਸ਼ਰਤ ਲਾ ਗਈ? ਨਹੀਂ ਦੂੰਗੀ ਪੈਸੇ ਤੁਹਾਡੇ ਕੋਲੋਂ ਕਢਾ ਕੇ ਵਖਾਏ। ਕੈਸੇ? ਅੱਜ ਮੇਰੀ ਬੇਇੱਜ਼ਤੀ ਨਾ ਕਰਾਈ, ਪੱਠਿਆ 500 ਲੈ। ਅੱਲਾ ਕਰਕੇ ਲੈਣਾ ਬੋਲਦੀ ਫੰਬਲ ਹੋਵੇ, ਅੱਲਾ ਕਰਕੇ ਤੰਦੂਆ ਅੱਜ ਜਨਾਤ ਮੇਤੀ, ਅੱਲਾ ਕਰਕੇ ਬੋਲ ਉਤਲਾ ਵੱਡਾ ਹੋ ਜਾਏ ਤੇਰਾ। ਇਹ ਜਾਲੀ ਫਕੀਰ ਨੇ, ਫਕੀਰ ਤੇ ਬਦਵਾਵਾ ਦਿੰਦੇ ਹੀ ਨਹੀਂ। ਆਹ ਇਧਰੋਂ ਸੁਣੋ, ਜਿਹੜੇ ਖਾਨਦਾਨੀ ਨੇ ठेकेदार साहब, ਤੁਸੀਂ ਹਰਨ ਲੱਗੇ ਹੋ? ਮੈਨੂੰ ਆਪਣੇ ਬੱਚਿਆਂ ਤੇ ਮਾਂ ਨੇ ਸਪੇਡ ਮਾਰ ਕੇ। ਠੇਕੇਦਾਰ ਸਾਹਿਬ, ਸਾਨੂੰ ਵੀ ਆਪਣੀ ਐਂਕਰ ਤੇ ਮਾਂ ਨੇ। ਮੈਨੂੰ 10 ਮਹੀਨੇ ਹੋ ਗਏ ਇੱਥੇ ਕੰਮ ਕਰਦੇ ਆ, ਮੈਂ ਜ਼ਿੰਦਗੀ ਇਹਨਾਂ ਦੇ ਕੋਲ ਪਰਸ ਵੇਖਿਆ। ਹਾਂ, ਮੈਂ ਇਹਨਾਂ ਕੋਲ ਪਲਿਓ ਚੀਜ਼ ਮੰਗਾਉਂਦਿਆਂ ਵੇਖਿਆ, ਇਹਨੇ ਸਾਰਾ ਸਮਾਨ ਲੈਣਾ ਦੇਣਾ, ਖਾਣਾ ਪੀਣਾ, ਮੇਕਅਪ, ਕੱਪੜਿਆਂ ਦਾ ਕਿਨੇ ਚੈਨਲ ਤੇ ਪਾਏ ਨੇ। ਔਰ ਮੈਨੂੰ ਇਸ ਗੱਲ ਦਾ ਯਕੀਨ ਹੈ, ਜਦੋਂ ਇੱਥੋਂ ਜਾਂਦੀ ਹੋਏਗੀ ਰੋਟੀ ਵੀ ਲੱਗਦਾ ਮੈਨੂੰ ਇੱਥੋਂ ਬਣ ਕੇ ਜਾਂਦੀ ਹੋਏਗੀ। ਔਰ ਤੁਸੀਂ ਇਮਾਨਦਾਰੀ ਨਾਲ ਸਾਰੇ ਬੈਠੇ ਹੋ। ਹਾਂ ਜੀ ਜੀ ਜੀ। ਕਦੀ ਕੋਈ ਚੀਜ਼ ਲਿਆਂਦੇ ਆ, ਕੋਈ ਪੈਸੇ ਐਂ ਕਿ ਇਹ ਜਾਂ ਫਲਾਣੀ ਚੀਜ਼ ਲੈ ਕੇ ਕਦੀ ਸੁਣਿਆ? ਨਹੀਂ, ਮੈਂ ਕਦੀ ਨਹੀਂ, ਕਦੀ ਨਹੀਂ। ਇਹ ਤੁਸੀਂ 500 ਰੁਪਿਆ ਠੇਕਦਾ ਸਮੇਂ ਨੂੰ ਕਢਾਣ ਦਾ ਮਤਲਬ ਪਤਾ ਕੀ ਹੈਗਾ? ਹਾਂ, 5 ਅਰਬ ਰੁਪਿਆ ਕਢਾਣਾ ਤੁਸੀਂ ਤੇ ਅੱਜ ਨਿਕਲੇਗਾ। ਫਿਰ ਨਿਕਲਾ ਨਾ, 5000 ਤੈਨੂੰ ਮੈਂ ਵੀ ਦੇਵਾਂ। ਜਦੋਂ ਇਥੋਂ ਸਾਲਣ ਲੈ ਕੇ ਜਾਂਦੇ ਨਾਲ ਉਹਨੂੰ ਕਹਿੰਦੇ ਡਬਲ ਸ਼ਾਪਰ ਕਰਨਾ, ਮੈਨੂੰ ਦੂਰ ਜਾਣਾ। ਲੈ ਵੀ ਫਿਰ ਉਹ ਆਪਣੀ ਜ਼ੁਬਾਨ ਤੇ ਪੱਕਾ ਰਹੀ। अच्छा भी तू अपने ड्रेस डिजाइनर को सूट सुवावे तो वो तेरे 10 दे 10 मर्दाना सीद। हाँ, वो ऐसे करेगा तो पैसे भी वो देगा और नए सूट भी वो खरीद के देगा। करके तू टिकटॉक बनावे और सारे खराब बनन। 5 बच्चा सा पेट मार के कढा पैसा है। तुसी 5 लाख दे दो, उन्हें नीचे देने। एक रिक्वेस्ट है की। ओके। एक तुम कारीगर मैं देना चाहना, उसकी जिंदगी चेंज होनी चाहिए। तू एक कहना, मैं तो दो चूज किए हुए। कौन कौन? एक और जरा पीछे बैठा है, एक अद्धा जिदा सिर नंगा आएगा। कार ऊपर पहचान वाला भाई। मलक साहब दसो, जोड़ी दा लेना की जाए? करोड़ लेना जे? 1.5 करोड़ लेना? किने? 1.5 करोड़? हां जी। नहीं, असि कट के बेचना है। ਵਿਹੋਦੀਆਂ ਨਾਂ ਦੀਆਂ ਸ਼ਕਲਾਂ ਨੇ ਨਾ, ਤੇ ਪਹਿਲੇ ਮਹੀਨੇ ਮੈਨੂੰ ਪਰਾ ਫੜ ਦੇ ਦੇਣਾ। ਇਹ ਆਪਣੇ ਬੱਚੇ ਨੂੰ ਸਵਾਉਂਦਾ ਵੀ ਇਸੇ ਟੈਂਪੋ ਜੀ, ਅਲੜ ਬਲੜ ਬਾਵੇ ਦਾਤਾ ਹੈ ਬਾਵਾ ਕੜਕ ਲੈ ਆ ਰਹਾ। ਤੁਮ ਕਾਨੂੰਨ ਕੇ ਸ਼ਿਕੰਜੇ ਮੇ ਆਏ ਨਾ, ਬਹੁਤ ਬੁਰੇ ਫਸੋਗੇ। ਕਾਨੂੰਨ ਦੇ ਕਿਹੜੀ ਗੱਲ ਕਰਦੇ ਹੋ ਆਪਾ? ਅਸੀਂ ਕਦੇ ਕਾਨੂੰਨ ਦੇ ਖਿਲਾਫ ਵਰਜ਼ੇ ਕੀਤੇ ਨਹੀਂ ਜਨਾਬ। ਕਾਨੂੰਨ ਕੀ ਆਪ ਬਾਤ ਕਰ ਰਹੇ ਹੈ ਕਿ ਕਾਨੂੰਨ ਆਪ ਨਹੀਂ ਤੋੜ ਰਹੇ? ਭੀਖ ਮੰਗਣਾ ਇਟਸੈਲਫ ਇਜ਼ ਅ ਕ੍ਰਾਈਮ। ਯੈਸ, ਜੁਰਮ ਕਰ ਰਹੇ ਹੈ। ਔਰ ਪਾਕਿਸਤਾਨ ਕੇ ਆਇਨ ਕੇ ਮੁਤਾਬਿਕ ਤੋ ਕੋਈ ਭੀਖ ਮੰਗਣ ਵਾਲਾ ਬੱਚਾ ਵੀ ਪਕੜਾ ਜਾਏ ਨਾ, ਤੋ ਉਸ ਬੱਚੇ ਕੇ ਵਾਲਿਦੈਨ ਸਮੇਤ 3 साल की सजा है उसे। सालों भरना किन्ने हैगा जी? जिन्ने भी थाने ने ओना सारेयां नु राजी रखीदा जनाब। अच्छा, कुड़ी नहीं बोल रही, थत्थी है की? नहीं जनाब, है बड़ा अच्छा गाना गा के, जुगनियां गा के, माइया गा के पैसे कटा। वो तो फिर भी मेहनत करती है ना, गाती है, वो क्या करता मोटा? सही होके बैठ, तू मानो बिल्ली ही इंज हो जाना। जरा गा के दस है इन्हां नु अपना टैलेंट। जाज तो मैं तेरी, तू मेरा सजना वे, जाज तो मैं तेरी, तू मेरा सजना वे, जाज तो मैं तेरी। वाह वाह, ये गाना सुन के भी गड्डी वाला लंघ जांदा। बात बताओ,
जिनी सुरीली है सारे गाँव आवाज जाना चाहिए ये वे भाव ना फिर डी है तुम्हारी आवाज अच्छी तुमसे सिंगिंग करवाऊंगा तुम्हारी लाइफ बना सकता हूँ भाई तू पहले अपनी ते बना ले लाइफ मैं एक बात सोच रही हूँ और तुसी ता कुछ भी नहीं साडा सामने चंगा पाला है बंदा सोचे पै जांदा ना दादी ने ज्यादा गोल गप्पे खा देने होजी आवाज हो जांदी ये तो रात के टाइम घर जांदा रोटी मांगदा बच्चे सुते भी जाग जांदा के पकाया दा इतने सेहतमंद है आप लोग ये बेकार के काम करते हैं कोई मेहनत मजदूरी करें कोई हक हलाल कमाएं है बड़ा औखा काम है बेबी मंगना दुनिया दा सब तो औखा काम वो कैसे एदे लिए साइकोलॉजी पढ़नी पैंदी है साइकोलॉजी वो अगले बंदे दी नफ्सियात नु पढ़ी दा समझी दा यार हमें साइकोलॉजी किसने पढ़ी हुई है आई एम बैचलर्स वीना आप तो हम सबसे मंगवा सकते लेकिन साइकोलॉजी की किसी किताब में क्या भीख मांगने के तरीके भी हैं असली वोकेशनल इंस्टीट्यूट अपना रखे आओ मैं समझ शो छड़ के जान लगा है ओदे बेच ना नु तालीम दई दी है दसी दी है अच्छा क्या जेड़ा बंदे दा मुंह गुस्से वाला होवे ओदे कोला के मैं मांगना किवें मांगी एकदम मासूम होवे ओदे कोला के मैं मांगना इन्हां नु पढ़ाई अलहदा कराई दी है फिर वीडियो बखाई दी आ गई है तो वीडियोस किसकी दिखाते हैं रैंडम लोगों की हां नहीं नहीं बड़े बड़े पैंट कोट पा के ओदियां ते पहुंच गए ने साडे स्टूडेंट IMF से पैसे मिलने में आपका भी हाथ है हां जी साडा भी हाथ है असि मोहब्बत वतन लोग है गए अच्छा किधर जेडी मीटिंग IMF ना हुई थोड़े कमरे च तो नहीं हुई IMF क्यों मने क्यों इन सिर्फ कर क्या अ तुसी मन ले आ के नहीं मनना तुसी सारे गोरे ने निवास हैन कर एक गड्डी वाले ने तो सन जुतियां मारी हैं सिर्फ एक ने मैं अपने लो साडे दादा उस्ताद दी नकल की थी ओ अच्छा मैं शीशा खड़का के किया आई एम नॉट बैगर उन्हें कहे साडे लीडर दी नकलां लाना उन्हें कहे तुसी कीता पहले मजाक लेकिन ये तुहाडे काम दा बंदा जे और सुरीले भी नहीं मिर्जा साहब हां जी ऑडिशन है तुहाडा हां जी थोड़ा जिहा पहला इंज करके बाहर ए दे मौला दे ना दा बाकी सारे आइटमां लुका के बैठे हुए उर्दू में मांग के दिखाओ देखिए आप मुझे 500 रुपया दे दें मैं कोई मांगने वाला नहीं ਸਰਾਇਕੀ ਮੈਂ ਵੀ ਬੜਾ ਅੱਛਾ ਮੰਗਦੇ ਆ ਸਰਾਇਕੀ ਚ ਮੰਗਦੇ ਮਹਾਤ ਨੂੰ ਮੁਲਤਾਨ ਉਹ ਸਰਾਇਕੀ ਤੇ ਜੋ ਸਾਡੀ ਐਂਕਰ ਮੰਗਦੀ ਮੰਗ ਉਹ ਕੁੜੀਆ ਤੂੰ ਬੋਲ ਕੇ ਬਖਾ ਜ਼ਰਾ ਠੇਕੇਦਾਰ ਸਾਹਿਬ ਉਹਦੇ ਨਾਲ ਸੁਰੀਲੀ ਹੈਗੀ ਉਕਾਸ਼ਾ ਗਾ ਗਾਣਾ ਕੋਈ ਚਲੇ ਨਾ ਸਿਰ ਭਾਈ ਫਿਰ ਮੈਂ ਗਾਉਂਗੀ ਆਪ ਅੰਦੇ ਬਨੇ ਠੀਕ ਹੈ ਜੈ ਜੈ ਸਪੇਟ ਮਾਰ ਕੇ ਜ਼ਰਾ ਹੋਵੇ ਕੋਠੇ ਉਤੋਂ ਕਾਵਾਵੇ ਉੱਡ ਕੋਠੇ ਉਤੋਂ ਕਾਵਾਵੇ ਸਾਡੇ ਦਿਲ ਦਾ ਪਰੋਣਾ ਕੋਈ ਨਾ ਤੈਨੂੰ ਚੋਰੀਆਂ ਕਿਉਂ ਪਾਵਾਵੇ ਹਏ ਉੱਡ ਕੋਠੇ ਉਤੋਂ ਕਾਵਾਵੇ ਸਤ ਕਹਿ ਜਾਵਾਂ ਤੁਹਾਨੂੰ ਤਿੰਨ ਤਿੰਨ ਸਾਲ ਹੋ ਗਏ ਨੇ ਇਸ ਤਰ੍ਹਾਂ ਦਾ ਹਾਲੇ ਤੱਕ ਨਹੀਂ ਹੋਇਆ